ਇਹ ਕਿੱਥੇ ਗਏ ਨੇ ਸਾਰੇ ਇਹਨਾਂ ਕੀ ਫਾਇਦਾ ਕੋਠੀਆਂ ਬਣਾ ਕੇ ਦੇਣ ਦਾ ਸਾਰਾ ਗੰਦ ਪਿਆ ਹੈ ਲੋ ਬਾ ਡੇਰੇ ਤੇ ਵੀ ਘਰ ਕੇ ਆਓ ਘਰ ਵੀ ਆ ਕੇ ਕਰੋ ਸਫਾਈ ਇਹਨਾਂ ਕੀ ਫਾਇਦਾ ਕੋਠੀਆਂ ਬਣਾ ਕੇ ਦੇਣ ਦਾ ਭਾਈ ਸਾਰਾ ਗੰਦ ਹੀ ਪਿਆ ਹੈ ਇਹਨਾਂ ਕਦੀ ਆਪਣੀਆਂ ਬੀਬੀਆਂ ਨੂੰ ਆਖਿਆ ਹੀ ਨਹੀਂ ਹੋਰੇ ਇਹ ਤਾਂ ਥੱਕ ਗਏ ਆ ਯਾਰ ਸਾਰੀ ਰਾਤ ਫਿਰ ਫਿਰ ਕੇ ਲੋ ਸਭ ਜ਼ਿਆਦਾ ਵੀ ਆਇਆ ਜਾ ਉਹ ਥੱਕਾ ਸਾਰੀ ਰਾਤ ਬਾਹਰ ਰਿਹਾ ਹੈ ਉਹਨਾਂ ਆ ਕੇ ਲੰਮਾ ਪੈ ਗਿਆ ਲੰਮਾ ਇਹਨੂੰ ਆਨਮਾ ਉਹ ਆਪਣੀ ਬੀਬੀਆਂ ਨੂੰ ਆਖਿਆ ਕਰੋ ਕੋਈ ਘਰ ਦੀ ਸਵਾਇ ਤੇ ਘਰਸ਼ਣ ਨਾ ਕਰਨਾਂ ਓ ਪੁੱਤਰ ਓ ਕੀ ਆ ਬਾਬਾ ਕੀ ਸੌਣ ਵੀ ਦਿਨਾ ਹੈ ਕਿ ਨਹੀਂ ਪੁੱਤਰ ਤੂੰ ਸਾਰੀ ਦਿਹਾੜੀ ਸਾਰੀ ਰਾਤ ਬਾਹਰ ਰਿਆ ਹੈ ਸਾਰਾ ਦਿਨ ਬਾਹਰ ਰਿਆ ਹੈ ਤੇ ਆਪਣੀ ਬੀਬੀਆਂ ਨੇ ਆਖਿਆ ਕਰਨਾ ਹੈ ਘਰ ਦੀ ਸਵਾਈ ਕਰਾਂ ਤੁਹਾਨੂੰ ਕੋਠੀਆਂ ਬਣਾ ਦਾ ਦੇ ਕੇ ਕੀ ਫਾਇਦਾ ਤੇ ਸਾਡੇ ਸਰ ਇਸਾਨ ਕੀਤਾ ਹੀ ਕੋਠੀਆਂ ਬਣਾ ਕੇ ਦੇ ਕੇ ਬਣਾਕ ਨਹੀਂ ਹੈ ਮਕਾਨ ਦੇਣੇ ਤੇ ਸਵਾਈ ਦਾ ਕੀ ਕਰੋ ਓ ਯਾਰ ਸਾਡੀਆਂ ਬੀਬੀਆਂ ਨੇ ਆਖਿਆ ਕਰ ਅਸੀਂ ਉਹ ਕੰਮ ਵਾਸਤੇ ਲਿਆਂਦੀਆਂ ਨੇ ਇੱਥੇ ਤੂੰ ਕਾਦੇ ਵਾਸਤੇ ਮੈਂ ਮੈਂ ਬਾਹਰ ਦਾ ਵੀ ਕਰਾਂ ਤੇ ਘਰ ਦਾ ਵੀ ਕਰਾਂ ਤੇ ਕਿਹੜਾ ਐਡਾ ਸਹਾਨ ਕਰਨਾ ਤੂੰ ਸਾਡੇ ਸਿਰ ਸਹਾਨ ਕਰ ਬੈਠਾ ਕਦੀ ਤੂੰ ਕੋਠੀਆਂ ਸਨਾਨਾ ਕਦੀ ਤੂੰ ਕੰਮ ਸਨਾਨਾ ਕਰਨੇ ਨਹੀਂ ਹੋ ਜਾ ਗੋ ਘਰ ਚੱਲ ਕੇ ਚੱਲ ਆਰਾਮ ਕਰਨ ਦੇ ਚਲੋ ਵੇਖਾਂ ਪੁੱਤਰ ਆਇਆ ਉਹਨੇ ਵੀ ਛੜਿਆ ਉਹਨੇ ਆਖਿਆ ਭਾਈ ਚੱਲ ਬਾਬਾ ਤੂੰ ਹੀ ਕਰ ਸਾਡੀਆਂ ਜਨਾਨੀਆਂ ਨੂੰ ਕੋਈ ਨਾ ਆਖੀ ਭਾਈ ਜਿਵੇਂ ਉਹ ਹੋਰ ਭਲੀਆਂ ਨੇ ਭਲਕੇ ਨਾ ਤੇ ਵਕਤ ਆਇਆ ਨਹੀਂ ਜਾਣਾ ਫਿਰ ਵੇਖਾਂਗਾ ਮੈਂ ਵੀ ਇਹ ਕਿਵੇਂ ਨਹੀਂ ਸਵੈਭ ਕਰਦੇ